ਠੀਕ ਹੈ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਵੱਲੋਂ ਅੱਜ ਜਾਂਚ ਕੀਤੀ ਜਾ ਰਹੀ ਹੈ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ? ਮਾਨਯੋਗ SSP ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ, ਮਾਨਯੋਗ SPD ਸਾਹਿਬ ਬਠਿੰਡਾ ਸ਼੍ਰੀ ਅਜੇ ਗਾਂਧੀ ਜੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਹੈ ਅੱਜ ਜੋ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਚੱਲ ਰਹੀ ਮੁਹਿੰਮ ਦੇ ਤਹਿਤ ਜਿਹੜਾ ਅੱਜ ਅਸੀਂ ਜਿਹੜਾ ਬਸਤੀ ਧੋਬੀਅਨ ਹੈ ਇਹਨੂੰ ਕੋਡਨ ਕੀਤਾ ਹੋਇਆ, ਕੋਡਨ ਕਰਕੇ ਜਿਹੜੀ ਅਸੀਂ ਇਹਦੀ ਅੰਦਰ ਸਰਚ ਕਰ ਰਹੇ ਹਾਂ। ਜੋ ਵੀ ਸਾਨੂੰ ਇਸ ਏਰੀਏ ਦੀਆਂ ਕੁਛ ਜਿਹੜੀਆਂ ਕੰਪਲੇਂਟਾਂ ਮਿਲ ਰਹੀਆਂ ਸੀ, ਇਸ ਕਰਕੇ ਅਸੀਂ ਇਸ ਏਰੀਏ ਨੂੰ ਕੋਡਨ ਕਰਕੇ ਜਿਹੜਾ ਅਸੀਂ ਇਹਦੀ ਸਰਚ ਕਰ ਰਹੇ ਹਾਂ, ਸਾਡਾ ਸਰਚ ਅਭਿਆਨ ਜਿਹੜਾ ਉਹ ਚੱਲ ਰਿਹਾ। ਗੱਲ ਕੀਤੀ ਜਾਵੇ ਪਹਿਲਾਂ ਵੀ ਇੱਥੇ ਨਸ਼ੇ ਦੇ ਕਾਫੀ ਮਾਮਲੇ ਸਾਹਮਣੇ ਆਏ ਨੇ, ਲਗਾਤਾਰ ਸਰਚ ਅਭਿਆਨ ਚਲਾਇਆ ਤੇ ਬਦਨਾਮ ਬੜੀ ਹੈ ਜੀ ਬਸਤੀ ਦੇ। ਹਾਂਜੀ ਬਿਲਕੁਲ ਬਿਲਕੁਲ, ਪਹਿਲਾਂ ਅਸੀਂ ਕਾਫੀ ਜਿਹੜੀ ਰਜਿਸਟ੍ਰੇਸ਼ਨ ਇਸ ਏਰੀਏ ਦੇ ਵਿੱਚ ਜਿਹੜੀ ਅਸੀਂ ਕੀਤੀ ਹੈ, ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਸ ਏਰੀਏ ਦੀ ਸਾਨੂੰ ਨਸ਼ੇ ਦੀ ਜਿਹੜੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ, ਇਸ ਕਰਕੇ ਸਾਡਾ ਇਸੇ ਕਰਕੇ ਅਸੀਂ ਜਿਹੜਾ ਇਸ ਏਰੀਏ ਨੂੰ ਅੱਜ ਕੋਡਨ ਕਰਕੇ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਕੋਈ ਬਰਾਮਦਗੀ ਵੀ ਹੋਈ ਹੈ ਕਿਸੇ ਤਰ੍ਹਾਂ? ਹਾਂਜੀ ਚੱਲ ਰਿਹਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ, ਕੁਛ ਜਿਹੜੇ ਸ਼ੱਕੀ ਵਿਅਕਤੀ ਜਿਹੜੇ ਅਸੀਂ ਲਏ ਨੇ ਹਿਰਾਸਤ ਦੇ ਵਿੱਚ ਵੀ ਲਏ ਨੇ, ਉਹਨਾਂ ਨੂੰ ਪੁੱਛਗਿੱਛ ਕਰ ਰਹੇ ਹਾਂ, ਪੁੱਛਗਿੱਛ ਆ ਰਹੀ ਉਹਨਾਂ ਦੀ। ਕਰਨ ਇਸ ਤੋਂ ਪਹਿਲਾਂ ਵੀ ਤੁਸੀਂ ਜਦੋਂ ਚੈਕਿੰਗ ਕੀਤੀ ਹੈ ਤਾਂ ਕਾਫੀ ਸਾਰੇ ਲੋਕ ਜਿਹੜੇ ਤੁਸੀਂ ਰਾਊਂਡ ਅਪ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੌਣ ਲੋਕ ਸੀਗੇ ਉਹ? ਹਾਂਜੀ ਹਾਂਜੀ, ਪਿਛਲੇ ਸਰਚ ਆਪਰੇਸ਼ਨ ਦੇ ਦੌਰਾਨ ਅਸੀਂ ਕੁਛ ਵਿਅਕਤੀ ਰਾਊਂਡ ਅਪ ਕੀਤੇ ਸੀ, ਉਹ ਕੁਛ ਮੁਕੱਦਮਿਆਂ ਦੇ ਜਿਹੜੇ ਭਗੌੜੇ ਸੀ ਜਿਨ੍ਹਾਂ ਦੇ ਦੋ ਵਿਅਕਤੀਆਂ ਦੇ ਖਿਲਾਫ ਥਾਣਾ ਕੁਤਵਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਸੀ, ਜਿਨ੍ਹਾਂ ਨੂੰ ਅਸੀਂ ਉਹ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਬਾਕੀ ਵੀ ਜਿਹੜੇ ਸਾਨੂੰ ਸ਼ੱਕੀ ਵਿਅਕਤੀ ਜਿਹੜੇ ਸਾਨੂੰ ਪਹਿਲੇ ਮਿਲੇ ਸੀ ਉਹਨਾਂ ਦੇ ਜਿਹੜੇ ਅਸੀਂ ਲਗਭਗ ਕਲੰਦਰੇ ਵਗੈਰਾ ਅਸੀਂ ਦਿੱਤੇ ਹੋਏ ਨੇ ਸਾਰਿਆਂ ਦੇ। ਲਗਾਤਾਰ ਜਿਹੜਾ ਪੁਲਿਸ ਵੱਲੋਂ ਅਭਿਆਨ ਤਾਂ ਸ਼ੁਰੂ ਕੀਤਾ ਹੋਇਆ, ਲੇਕਿਨ ਕੁਛ ਏਰੀਏ ਹੈ ਜਿਹੜੇ ਵਾਰ ਵਾਰ ਜਿੱਥੇ ਚੈਕਿੰਗ ਕੀਤੀ ਜਾਂਦੀ ਹੈ, ਕੀ ਗੱਲ ਇਹ ਐਸੇ ਜਗ੍ਹਾ ਦੇ ਉੱਪਰ ਹੀ ਨਸ਼ੇ ਵਾਲਿਆਂ ਦੀ ਪ੍ਰੋਬਲਮ ਹੈ ਜਾਂ ਸਾਰੇ ਕਿਤੇ ਬਠਿੰਡੇ ਦੇ ਵਿੱਚ ਹੈ? ਨਹੀਂ ਜੀ, ਦੇਖੋ ਜਿਹੜਾ ਜਿਹੜਾ ਝੁੱਗੀ ਝੌਂਪੜੀ ਵਾਲਾ ਏਰੀਆ ਹੁੰਦਾ ਹੈ, ਜਿਹੜਾ ਸਲਮ ਏਰੀਆ ਹੈ, ਉੱਥੇ ਜ਼ਿਆਦਾਤਰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ। ਹੁਣ ਦੇਖੋ ਸ਼ਹਿਰ ਦਾ ਜਿਹੜਾ ਇਹ ਥੋੜ੍ਹਾ ਜਿਹਾ ਬਦਨਾਮ ਟਾਈਪ ਦਾ ਏਰੀਆ ਹੈ, ਜ਼ਿਆਦਾ ਝੁੱਗੀ ਝੌਂਪੜੀ ਵਾਲੇ ਲੋਕ ਇੱਥੇ ਰਹਿੰਦੇ ਨੇ, ਜਿਨ੍ਹਾਂ ਦਾ ਘੱਟ ਲੋ ਇਨਕਮ ਵਾਲੇ ਜਿਹੜੇ ਲੋਕ ਇੱਥੇ ਰਹਿੰਦੇ ਨੇ, ਉਹ ਜ਼ਿਆਦਾਤਰ ਦੇਖੋ ਪ੍ਰੋਬਲਮ ਹੈ ਉਸ ਏਰੀਏ ਦੇ ਵਿੱਚ ਹੀ ਜ਼ਿਆਦਾ ਆਪਣੇ ਆਉਂਦੀ ਹੈ। ਹਾਂਜੀ 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 ਬਿਲਕੁਲ, ਜਿਹੜੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਜਿਹੜੇ ਲੋਕ ਇੱਥੇ ਵਸੇ ਹੋਏ ਨੇ, UP ਬਿਹਾਰ ਸਾਈਡ ਤੋਂ ਲੋਕ ਆ ਕੇ ਵਸੇ ਹੋਏ ਨੇ, ਉਹ ਜ਼ਿਆਦਾ ਉਸ ਕਰਕੇ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਲੋਕਾਂ ਦੀ ਆਈਡੈਂਟੀਫਿਕੇਸ਼ਨ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ।